ਨੰਦ ਲਾਲ ਨੂਰਪੁਰੀ ਗੀਤਾਂ ਦਾ ਬਾਦਸ਼ਾਹ ਨੰਦ ਲਾਲ ਨੂਰਪੁਰੀ ਦਾ ਜਨਮ 1906 ਈਸਵੀ ਵਿੱਚ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਬਿਸ਼ਨ ਸਿੰਘ ਅਤੇ ਮਾਤਾ ਜੀ ਦਾ ਨਾਮ ਹੁਕਮੀ ਦੇਵੀ ਪਿੰਡ ਨੂਰਪੁਰ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿਖੇ ਆਪ ਜੀ ਦਾ ਜਨਮ ਹੋਇਆ ਇਹਨਾਂ ਦੇ ਗ੍ਰਹਿ ਵਿਖੇ ਦੇਸ਼ਾਂਤਬਾਰ ਆਪ ਜੰਦਰਾਂਕੇ ਵਸ ਗਏ ਆਪ ਦੇ ਲਿਖੇ ਗੀਤਾਂ ਨੂੰ ਸੁਰੇਂਦਰ ਕੌਰ ਪ੍ਰਕਾਸ਼ ਕੌਰ ਆਸਾ ਸਿੰਘ ਮਸਤਾਨਾ ਅਤੇ ਕਈ ਹੋਰ ਉੱਚ ਚੋਟੀ ਦੇ ਗੀਤਕਾਰਾਂ ਨੇ ਗਾਇਆ ਆਪ ساری ਉਮਰ ਭੁੱਖ ਨੰਗ ਨਾਲ ਹੀ ਜੂਝਦੇ ਰਹੇ ਆਪ ਨੇ ਪੰਜਾਬੀ ਸਾਹਿਦ ਨੂੰ 6 ਕਿਤਾਬਾਂ ਦਿੱਤੀਆਂ ਜਿਨ੍ਹਾਂ ਵਿੱਚ ਵੰਗਾ ਇਸ ਵਿੱਚ ਸਵੇਰ ਦਾ ਪ੍ਰਗਟਾਵਾ ਕੀਤਾ ਗਿਆ ਜੂਨ ਦਾ ਪੰਜਾਬ ਇਸ ਵਿੱਚ ਆਪ ਨੇ ਪੰਜਾਬ ਦੇ ਹਾਲਾਤਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਨੂਰਪੁਰੀ ਦੇ ਘੀਤ ਸੋਗਾਤ ਚੰਗਿਆੜੇ ਅਤੇ ਨੂਰਪੁਰੀਆ ਹਨ ਆਪ ਦੀ ਦਾ ਕਾਸਮ ਗ੍ਰੈਂਡ ਨੂਰਪੁਰੀਆ ਜਿਹੜੀ ਕਿਤਾਬ ਹੈ ਉਹ ਪਹਿਲੀ ਵਾਰ ਛਪਿਆ ਉਰਦੂ ਵਿੱਚ ਛਪੀਏ ਕਿਤਾਬ ਜਿਹੜੀ ਸੀ ਆਪ ਦੀ 1966 ईसवी ईच पाशवी पाक पंजाब ने आप दी किताब सोगाद जो कि आप दा आखरी काव्य संग्रह है नुसर बोतमी नाम जो सन्मानिया 1979 ईसवी ईच आप दे काव्य संग्रह पंजाब बोलियानु आप दे परिवार ने प्रकाशित करवाया आप ने कई कई कवि बारा ईच भी हिस्सा लिया आप ने फरीदकोट के एक सरकारी स्कूल अध आपने, आपने पंजाबी फिल्म मंगती गीत भी लिखे आपने कोलंबिया फिल्म कंपनी लिय भी गीत लिखे आ, ਨੂਰਪੁਰੀ ਜਿਹੜੇ ਨੇ ਉਹ ਦੂਜੇ ਦੌਰ ਦੇ ਜਿਹੜੇ ਆ ਉਹ ਕਵੀ ਹੋਏ ਹਨ ਅਕਸਰ ਮਾਸਟਰ ਕੈਡਰ ਦੇ ਵਿੱਚ ਇਹ ਪ੍ਰਸ਼ਨ ਆਇਆ ਜਾਂਦਾ ਹੈ ਕਿ ਨੂਰਪੁਰੀ ਜਿਹੜੇ ਨੇ ਉਹ ਕਿਸ ਦੌਰ ਦੇ ਜਿਹੜੇ ਆ ਕਵੀ ਹਨ ਹੋਏ ਹਨ ਤੇ ਇਹ ਹੋਏ ਹਨ ਦੂਜੇ ਦੌਰ ਦੇ ਕਵੀ ਨੂਰਪੁਰੀ ਜੀ ਨੇ 71 ਗੀਤ 25 ਕਵਿਤਾਵਾਂ ਅਤੇ 12 ਗਜ਼ਲਾਂ ਜਿਹੜੀਆਂ ਵਾਂ ਉਹ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ 1925 ਈਸਵੀ ਵਿੱਚ ਸਭ ਤੋਂ ਪਹਿਲਾ ਗੀਤ ਮੈਂ ਵਤਨ ਦਾ ਸ਼ਹੀਦ ਲਿਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਨੰਦ ਲਾਲ ਨੂਰਪੁਰੀ ਦੀ ਸਮੁੱਚੀ ਰਚਨਾ ਨੂੰ 1969 ਈਸਵੀ ਵਿੱਚ ਨੰਦ ਲਾਲ ਨੂਰਪੁਰੀ ਕਾ ਸੰਗ੍ਰਹਿ ਸਿਰਲੇਖ ਹਟ ਛਾਪਿਆ उन्नीस सौ छियाली तो उन्नीस सौ साठ ईस्वी का दौर जरा नंद लाल नूरपुरी की गीतकारी का सुनहरी काल ओ होया है। आपने अपनी कवितावान लगभग सारे विषय ले जिमें समाजिक इनकलाबी देश प्यार धार्मिक इश्क मजाजी इश्क हकीकी पंजाबी सभ्याचार ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ ਆਦੀ ਝੁਮ-ਝੁਮ ਰੱਖੋ ਨੀ ਇਕ ਕਲਗੀ ਜੁਝਾਰ ਦੀ ਤੇ ਕਿੱਥੇ ਮਾਤਾ ਤੋਰਿਆ अजीत ਦੇ ਜੁਝਾਰ ਨੂੰ ਆਪ ਜੀ ਦੀਆਂ ਪ੍ਰਸਿੱਧ ਧਾਰਮਿਕ ਜਿਹੜੇ ਨੇ ਇਹ ਗੀਤ ਹੋਏ ਹਨ ﾎଳਾ ਪੰਛੀ ਨੰਦ ਲਾਲ ਜੀ ਨੂਰਪੁਰੀ ਜੀ ਦੀ ਲੰਬੀ ਕਵਿਤਾ ਹੈ ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਪਈਆਂ ਮੈਨੂੰ ਦਿਉਰ ਦੇ ਵਿਆਹ ਵਿੱਚ ਨੱਚ ਲੈਂਦੇ ਸ਼ੌਂਕਨ ਮੇਲੇ ਦੀ ਪੈਰ ਧੋ ਕੇ ਚਾਂਜਰਾ ਪਾਉਂਦੀ ਇਹ ਆਪਨੇ ਕਿਤੇ ਨਾ ਕਿਤੇ ਗੀਤ ਜਿਹੜੇ ਨੇ ਵਿਆਹਾਂ ਸ਼ਾਦੀਆਂ ਵਿੱਚ ਸੁਨੇ ਹਾਂ ਤੇ ਇਹ ਨੰਦ ਲਾਲ ਨੂਰਪੁਰੀ ਜੀ ਦੇ ਜਿਹੜੇ ਆ ਪ੍ਰਸਿੱਧ ਤੋਂ ਪ੍ਰਸਿੱਧ ਗੀਤ ਹਨ ਜੋ ਕਿ ਆਮ ਅਸੀਂ ਵਿਆਹਾਂ ਸ਼ਾਦੀਆਂ ਵਿੱਚ ਸੁਣਦੇ ਹੀ ਸੁਣਦੇ ਹਾਂ ਨੰਦ ਲਾਲ ਨੂਰਪੁਰੀ ਜੀ ਦਾ ਪਰਿਵਾਰ ਜਿਹੜਾ ਵਾ ਕਾਫੀ ਵੱਡਾ ਹੋਣ ਕਰਕੇ ਆਪ ਜੀ ਦੀਆਂ 6 ਕੁੜੀਆਂ ਅਤੇ 2 ਮੁੰਡੇ ਸਨ ਤੇ ਪਰਿਵਾਰ ਕਾਫੀ ਵੱਡਾ ਹੋਣ ਕਰਕੇ ਆਪ ਜਿਹੜੇ ਆ ਉਹ ਆਰਥਿਕ ਮੰਹਾਲੀ ਦੇ ਸ਼ਿਕਾਰ ਹੋ ਗਏ ਤੇ ਆਪ ਨੇ ਜਿਹੜਾ ਵਾ ਉਹ ਨਿਰਾਸ਼ਤਾ ਨੂੰ ਜਿਹੜਾ ਅਪਣਾ ਲਿਆ ਆਬੂ ਦਾਸ-ਦਾਸ ਰਹਿਣੇ ਸ਼ੁਰੂ ਹੋ ਗਏ ਪਰਿਵਾਰ ਵੱਲ ਦੇਖ ਕੇ ਕੀ ਪਰਿਵਾਰ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਇੰਨੇ ਥੋੜੇ ਜਿਹੜੀ ਤਨਖਾਹ ਹੋਏਗਾ ਤੇ ਇਸੇ નિરાਸ਼ਤਾ ਦੇ ਕਰਕੇ ਆਪ ਨੇ 13 ਮਈ 1968 ਈਸਵੀ ਨੂੰ ਖੂ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਖੁਦਕੁਸ਼ੀ ਕਰ ਲਈ। ਅ ਸੰਸਾਰ ਜਿਹੜਾ ਵਾ ਦੁਨੀਆ ਜਿਹੜੀ ਆ ਉਹ ਨੰਦ ਲਾਲ ਨੂਰਪੁਰੀ ਦੇ ਗੀਤਾਂ ਨੂੰ ਜਿਹੜਾ ਵਾ ਉਹ ਹਰ ਰੋਜ਼ ਹਰ ਦਿਨ ਜਿਹੜਾ ਵਾ ਉਹ ਯਾਦ ਕਰਦੀ ਹੈ।